ਨਾ ਬੱਚਾ ਕਰੋ ਜੀ, ਬੱਕਰੀਆਂ ਬਰਕਵਾ ਲੈਣੀਆਂ। ਇੱਥੋਂ ਸਰਦੀਆਂ ਵੀ ਤੱਕਿਆ ਹੋ ਸੀ ਕਿ ਪਾਣੀ ਮੁੱਲੂ ਨਹੀਂ ਸਾ, ਹੁਣ ਤੱਕਿਆ ਹੋ ਸੀ ਕਿ ਦਰਿਆ ਹੈ, ਤੂੰ ਪਾਰ ਨਹੀਂ ਲੰਘਣ ਹੁੰਦਾ। ਠੀਕ ਹੋਈ ਆ ਅਤੇ ਜਨਾਬ ਇਹ ਵਾਲਾ ਇਹ ਨਜ਼ਾਰਾ ਚੈੱਕ ਕਰੋ ਵਾਲਾ ਦਰਿਆ ਪਹੁੰਚਣਾ। ਦੱਸੋ ਹੁਣ ਘਰ ਤਾਂ ਘਰ ਦੇ ਕੰਮ ਕਾਜ ਵੀ ਉੱਥੋਂ ਅੱਖਾਂ ਲਾਜ਼ਮੀ ਛੇ ਦੋ। ਜਨਾਬ ਇਹ ਵਾਲਾ ਅਸੀਂ ਸਾਡੇ ਇੱਥੇ ਦੇਖੋ, ਦੱਸੋ ਇੱਕ ਕੁਹਾੜਾ ਹੈ ਸਮਝੀ ਨੂੰ ਜਾਂ ਕੁਹਾੜੀ, ਦੋ ਚੀਜ਼ਾਂ ਆ ਸਕਦੀਆਂ। ਬੂਟਾ ਤੱਕੋ ਅਸਾਂ ਕੱਪੜੇ ਮਾਰੇ ਆਇਠੀਆਂ, ਉਹ ਵੈਣਾ ਦਰਖਤ ਆ। ਉਮੀਦ ਕਰ ਰਹਾ ਸੋ ਤੁਸੀਂ ਸਭ ਅੱਲਾਹ ਤਾਲਾ ਨੇ ਫਜ਼ਲ ਕਰਮ ਔਰ ਸ਼ੁਕਰ ਨੇ ਨਾਲ ਬਿਲਕੁਲ ਠੀਕ ਠਾਕ। ਜੈਸਾ ਕਿ ਤੁਸੀਂ ਥੰਬਨੇਲ ਔਰ ਟਾਈਟਲ ਦੋਏ ਦੇਖੀ ਤਾਂ ਅੰਦਾਜ਼ਾ ਕਰ ਸਕਦੇ ਹੋ ਕਿ ਯਾਰ ਆਏ ਨੇ। ਜਨਾਬ ਵਾਲਾ ਗੱਲਾਂ ਬਾਤਾਂ ਨੇ ਨਾਲ ਨਾਲ ਤੁਸੀਂ ਵੈਲਕਮ ਟੂ ਨਿਊ ਵਲੌਗ, ਵੈਲਕਮ ਤੁਸੀਂ ਕਰ ਛੁੜਿਆ ਜੀ ਖੂਬਸੂਰਤ ਜਿਹੇ ਵਲੌਗ ਵਿੱਚ। ਯਕੀਨ ਮੰਨੋ ਕਿ ਆਈ ਐਸੀ ਜਗ੍ਹਾ ਪਰ ਆਏ ਨੇ, ਦਰਿਆ ਪਹੁੰਚਣਾ ਨਜ਼ਾਰਾ ਸੋ ਚੈੱਕ ਕਰ ਸਕਦੇ ਹੋ। ਇਹਲਾ ਦਰਿਆ ਕਾਫੀ ਗੰਦਾ ਆ, ਬਾਕੀ ਇਹ ਤੱਕੀ ਸਕਦੇ ਸੋ ਇਹੀ ਸਾਈਡ ਪਰ ਨਾਤਰ ਏਰੀਆ ਆਸ਼ਨਾ ਠੀਕ ਤਾਂ, ਬਾਕੀ ਇਸ ਸਾਈਡ ਪਰ ਬਟਰ ਏਰੀਆ ਆਸ਼ਨਾ ਠੀਕ। ਸੋ ਨਜ਼ਾਰਾ ਚੈੱਕ ਕਰੋ ਇੱਕ ਵਾਰੀ ਦਰਿਆ ਨੂੰ, ਦਰਿਆ ਇਲਾ ਕਾਫੀ ਜ਼ੋਰਾਂ ਵਿੱਚ ਆ। ਸੁਣੇ ਸਾਹਮਣੇ ਵਾਲੀ ਗੱਲ ਹੀ, ਹੁਣ ਬਰਫਾਂ ਸ਼ਰਫਾਂ ਵੀ ਗਲੀ ਰਹੀਆਂ ਤਾਂ ਜਿਹੜੀਆਂ ਪਿੱਛੇ ਜੇ ਬਾਰਿਸ਼ਾਂ ਹੋਈਆਂ, ਬਾਰਿਸ਼ਾਂ ਦੀ ਵਜ੍ਹਾ ਤੋਂ ਦਰਿਆ ਕਾਫੀ ਜ਼ੋਰ ਵਿੱਚ ਆ, ਕਾਫੀ ਪਾਣੀ ਜਿਹੜੇ ਆ ਨਾ ਜ਼ਿਆਦਾ ਆ। ਪਹਿਲੇ ਤੁਸੀਂ ਸਰਦੀਆਂ ਵੀ ਤੱਕਿਆ ਹੋ ਸੀ ਕਿ ਪਾਣੀ ਮੁੱਲੂ ਨਹੀਂ ਸਾ, ਹੁਣ ਤੱਕਿਆ ਹੋ ਸੀ ਕਿ ਦਰਿਆ ਹੈ, ਤੂੰ ਪਾਰ ਨਹੀਂ ਲੰਘਣ ਹੁੰਦਾ। ਠੀਕ ਹੋਈ ਆ ਅਤੇ ਜਨਾਬ ਇਹ ਵਾਲਾ ਇਹ ਨਜ਼ਾਰਾ ਚੈੱਕ ਕਰੋ ਵਾਲਾ ਦਰਿਆ ਪਹੁੰਚਣਾ। ਬਾਕੀ ਕੱਲ੍ਹ ਅਸਾਂ ਵਾਪਸ ਆਏ ਸੀ, ਯਕੀਨ ਨਾ ਕੋਈ ਇਤਨੀ ਥਕਾਵਟ ਹੋਈ ਸੀ ਤਾਂ ਸੋਚ ਹੀ ਨਹੀਂ ਸਕਣਾ। ਤੋਂ ਵਲੌਗ ਦੇਖਿਆ ਹੋ ਸੀ, ਅਗਰ ਨਹੀਂ ਇਹ ਦੇਖਿਆ ਤਾਂ ਲਾਜ਼ਮੀ ਜੋ ਦੇਖੋ ਸਾਡੇ ਚੈਨਲ ਉੱਪਰ ਵਲੌਗ ਅਕੀਲ ਭਾਈ ਨਾਲ ਮੁਲਾਕਾਤ ਹੋਈ ਸੀ। ਜਨਾਬ ਵਾਲਾ ਅੱਜ ਇੱਥੇ ਆਈਆਂ ਅਸਾਂ ਕੋਈ ਕੰਮ ਕਾਜ ਸੀ, ਲੇਕਿਨ ਮੈਂ ਆਈ ਵੀਡੀਓ ਬਣਾਈ ਹੈ ਦਰਿਆ ਪਹੁੰਚਣੀ ਔਰ ਨਜ਼ਾਰਾ ਅਸੀਂ ਚੈੱਕ ਕਰਾਈਏ ਕਰੀਬ ਤੋਂ। ਖੂਬ ਇੰਜਾਏ ਕੀਤਾ ਅਸਾਂ, ਇਹ ਨਜ਼ਾਰੇ ਤਾਂ ਕੋਲ ਆ ਬਿਹਤਰੀਨ। ਤਾਂ ਬਾਕੀ ਦੱਸੋ ਹੁਣ ਘਰ ਤਾਂ ਘਰ ਦੇ ਕੰਮ ਕਾਜ ਵੀ ਅਸਾਂ ਅੱਖਾਂ ਲਾਜ਼ਮੀ ਛੇ ਦੋ। ਨਾ ਬੱਚਾ ਕਰੋ ਜੀ, ਬੱਕਰੀਆਂ ਬਰਕਵਾ ਲੈਣੀਆਂ। ਜਨਾਬ ਵਾਲਾ ਅਸੀਂ ਸਾਡੇ ਇੱਥੇ ਦੇਖੋ, ਦੱਸੋ ਇੱਕ ਕੁਹਾੜਾ ਹੈ ਸਮਝੀ ਨੂੰ ਜਾਂ ਕੁਹਾੜੀ, ਦੋ ਚੀਜ਼ਾਂ ਆ ਸਕਦੇ ਹੋ। ਬੂਟਾ ਤੱਕ ਅਸਾਂ ਕੱਪੜੇ ਮਾਰੇ ਆਇਠੀਆਂ, ਉਹ ਵੈਣਾ ਦਰਖਤ ਆ ਅਤੇ ਆਈ ਅਸਾਂ ਕੱਪ ਸੋਏ ਸੀ, ਜਿਲ੍ਹਾ ਮੁਕੰਮਲ ਕੱਪੀ ਰਹੇ ਸਾਂ ਇਸ ਹਾਲ ਸਾਂ, ਲੇਕਿਨ ਹੁਣ ਕੋਸ਼ਿਸ਼ ਕਰ ਰਹੇ ਹਾਂ ਕੱਪਣੇ ਨਹੀਂ ਤੇਜ਼ ਆ ਕੁਹਾੜਾ ਛੁਹਾੜਾ, ਬਾਕੀ ਅਸਾਂ ਸ਼ੁਰੂ ਕਰੀ ਦਾ ਕੰਮ। ਜਨਾਬ ਵਾਲਾ ਕੋ ਅਸਾਂ ਕੱਪੀ ਛੱਡਿਆ, ਸੁਣ ਤੱਕ ਨਹੀਂ ਉਸੋ ਕਿਸ ਤਰੀਕੇ ਨਾਲ ਕੱਪਿਆ ਅਸਾਂ, ਅੱਜ ਇੰਨੀ ਵੀਡੀਓ ਬਣਤੀ ਨਹੀਂ। ਬਾਕੀ ਮਿਰਾਜ ਹੋਰ ਕੋਈ ਲੱਗੇ ਨੇ, ਹੁਣ ਅੱਗੋਂ ਕੋਈ ਮੋਛੇ ਮਾਰ ਸਨ ਇਸਨੇ ਨਿੱਕੇ ਨਿੱਕੇ, ਤਾਂ ਫਿਰ ਤੁਸੀਂ ਸਾਲ ਸੋ ਜੀ ਦਾ ਵੀਵਰ ਤੱਕੋ ਵਾਲਾ, ਬਾਰਿਸ਼ ਨਾ ਕੋਈ ਮੌਸਮ ਬਣਨ ਵਾਲਾ ਹੈ ਯਕਦਮ ਜਿਸੀ ਆਣੇ, ਇਹ ਤੱਕੋ ਵਾਲਾ ਝਾੜ ਹੈ ਝਾੜ। ਬਾਕੀ ਅਸਾਂ ਕੰਮ ਜਾਰੀ ਕੀਤਾ ਨਾ ਸਾਡੇ ਆਪ ਜੀ ਹੋਰ ਕੱਪਣੇ ਪੇ ਬੂਟਾ ਆਈ ਤਾਂ, ਬਾਕੀ ਜਨਾਬ ਚੈੱਕ ਕਰੋ ਏਰੀਆ ਸਾਰਾ ਇੱਕ ਵਾਰੀ, ਇਹ ਕਾਲੀ ਸ਼ਾਹ ਨਿਹਾਰੀ ਜੀ ਸੀ ਆਣੇ ਨਾ, ਮਤਲਬ ਕਿ ਉਸ ਸਾਈਡ ਤੋਂ ਆਈ ਰਹੀ ਸਾਡੀ ਯੈਲੋ ਸੀ ਬਾਰਡਰ ਨਹੀਂ ਤਰਫੋਂ ਆਈ ਰਹੀ ਪਿੱਛੋਂ ਇੰਡੀਆ ਤੋਂ। ਬਾਕੀ ਇਹ ਚੈੱਕ ਕਰੋ ਵਾਲਾ ਏਰੀਆ, ਇਹ ਸਾਰਾ ਬਿਹਤਰੀਨ। ਬਾਰਿਸ਼ ਹੁਣ ਕੋਈ 10-20 ਮਿੰਟਾਂ ਬਾਅਦ ਸ਼ਾਇਦ ਲਈ ਆਇਆ ਸੀ ਬਾਰਿਸ਼ ਜੀ ਦਾ ਵਿਵਰਸ, ਤੁਸੀਂ ਦੇਖਣੇ ਹੋ ਸੋ ਜੀ ਕਿ ਮੌਸਮ ਨਹੀਂ ਸੁਰਥੇ ਹਾਲ, ਮੁੜੀ ਆਪਣੇ ਘਰ ਆਠੀਆਂ। ਬਾਕੀ ਏਰੀਆ ਇੱਕ ਵਾਰੀ ਚੈੱਕ ਕਰੋ, ਬਾਰਿਸ਼ ਨਾ ਮੌਸਮ ਕੋਈ ਬਣਨ ਵਾਲਾ ਆ ਸਮਝੀ ਨੂੰ ਬਣਤਾ ਨਾ, ਔਰ ਨਾਲ ਤਾਂ ਤੱਕੋ ਜੀ ਸਫੇਦੇ, ਕੋਈ ਵਾਹ ਵੀ ਠੇਡੀ ਠੇਡੀ ਵਾਹ ਚੱਲੀ ਰਹੀ ਅਤੇ ਨਾਲ ਸਫੇਦੇ ਚੈੱਕ ਕਰੋ ਜੀ ਦਾ ਵਿਵਰਸ, ਤੁਸੀਂ ਬਾਰਿਸ਼ਾਂ ਨਾਲ ਮਾਹੌਲ ਚੈੱਕ ਕੀਤਾ ਸੀ ਅਤੇ ਕਿਸ ਤਰੀਕੇ ਨਾਲ ਬਣਤਾ ਨਾ, ਅੱਗ ਕਾਫੀ ਕੰਮ ਕਾਜ ਕੀਤੇ ਤਾਂ ਦੇਖਿਓ ਉਸ। ਬਾਕੀ ਉਮੀਦ ਕਰ ਲਓ ਤੁਸੀਂ ਪਸੰਦ ਆਇਆ ਉਸ ਵਲੌਗ, ਬਾਕੀ ਮਿਲ ਸਕਦੇ ਵੀਡੀਓ ਨਾਲ। ਆਪਣਾ ਬਹੁਤ ਸਾਰਾ ਖਿਆਲ ਰੱਖਿਆ, ਦੋਵਾਂ ਲਾਜ਼ਮੀ ਯਾਦ ਰੱਖਿਆ। ਤੁਹਾਨੂੰ ਰਿਕੁਐਸਟ ਹੈ ਅਗਰ ਚੈਨਲ ਉੱਪਰ ਨਹੀਂ ਹੋ ਉਹ ਤਾਂ ਚੈਨਲ ਕੀ ਲਾਜ਼ਮੀ ਸਬਸਕ੍ਰਾਈਬ ਕਰੀ ਨਹੀਂ ਆ,
बाकी मीडियो जाग अल्लाह सोने वाले है।